ਲੁੱਟ ਦੀਆਂ ਇਹ ਤਸਵੀਰਾਂ ਥਾਣੇ ਤੋਂ ਕੁਝ ਕਦਮ ਦੂਰ ਦੀਆਂ ਨੇ, ਜਿੱਥੇ ਇੱਕ ਮਹਿਲਾ ਦੇ ਹੱਥ ਦੇ ਵਿੱਚ ਫੜਿਆ ਹੋਇਆ ਲਿਫਾਫਾ ਸਨੈਚਰਾਂ ਦੇ ਵੱਲੋਂ ਝਪਟਿਆ ਗਿਆ। ਇਸ ਲਿਫਾਫੇ ਦੇ ਵਿੱਚ 20,000 ਰੁਪਏ, ਆਧਾਰ ਕਾਰਡ, ਮੋਬਾਈਲ, ਏਟੀਐਮ ਕਾਰਡ ਸੀ। ਔਰ ਬੜੇ ਹੀ ਸ਼ਾਤਰ ਢੰਗ ਦੇ ਨਾਲ ਬਾਈਕ ਸਵਾਰ ਦੋ ਲੁਟੇਰੇ ਮਹਿਲਾ ਦਾ ਲਿਫਾਫਾ ਖੋਹ ਕੇ ਭੱਜ ਗਏ ਔਰ ਇਹਨਾਂ ਦੇ ਪਿੱਛੇ ਮਹਿਲਾ ਵੀ ਭੱਜੀ, ਚੀਕ ਚਿਹਾੜਾ ਪਿਆ। ਇੰਨੇ ਨੂੰ ਜਦੋਂ ਉਹ ਥਾਣੇ ਦੇ ਅੱਗੇ ਆਈ ਤਾਂ ਅੰਦਰੋਂ ਭੱਜ ਕੇ ਇੱਕ ਪੁਲਿਸ ਦਾ ਮੁਲਾਜ਼ਮ ਪਹੁੰਚਿਆ, ਜਿਸ ਨੂੰ ਮਹਿਲਾ ਨੇ ਦੱਸਿਆ ਕਿ ਦੋ ਲੁਟੇਰੇ ਉਸਦਾ ਲਿਫਾਫਾ ਖੋਹ ਕੇ ਭੱਜ ਗਏ। ਤਾਂ ਪੁਲਿਸ ਵਾਲਾ ਮੋਟਰਸਾਈਕਲ ਸਟਾਰਟ ਕਰਦਾ ਤੇ ਇਹਨਾਂ ਲੁਟੇਰਿਆਂ ਦਾ ਪਿੱਛਾ ਕਰਦਾ। ਤਾਂ ਦੱਸਦੀ ਹੈ ਕਿ ਖੰਨਾ ਦੇ ਗੁਲਮੋਹਰ ਰੋਡ ਤੇ ਇਹ ਵਾਰਦਾਤ ਹੋਈ। ਇੱਕ ਮਹਿਲਾ ਤੁਰੀ ਜਾ ਰਹੀ ਸੀ ਦੋ ਲੁਟੇਰਿਆਂ ਦੇ ਵੱਲੋਂ, ਮੌਕੇ ਦਾ ਫਾਇਦਾ ਚੁੱਕਿਆ ਗਿਆ ਔਰ ਇੱਕਦਮ ਮਹਿਲਾ ਦੇ ਹੱਥ ਵਿੱਚ ਫੜਿਆ ਲਿਫਾਫਾ ਝਪਟਿਆ ਗਿਆ ਔਰ ਮੌਕੇ ਤੋਂ ਫਰਾਰ ਹੋ ਗਏ। ਥੋੜੀ ਦੂਰ ਹੀ ਥਾਣਾ ਹੈ, ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ। ਜਿਉਂ ਹੀ ਮਹਿਲਾ ਭੱਜ ਕੇ ਥਾਣੇ ਦੇ ਮੂਹਰੇ ਪਹੁੰਚੀ, ਇੰਨੇ ਨੂੰ ਪੁਲਿਸ ਦਾ ਮੁਲਾਜ਼ਮ ਥਾਣੇ ਦੇ ਵਿੱਚੋਂ ਬਾਹਰ ਨਿਕਲਿਆ, ਜਿਸ ਨੇ ਆਪਣੇ ਬਾਈਕ ਤੇ ਇਹਨਾਂ ਲੁਟੇਰਿਆਂ ਦਾ ਪਿੱਛਾ ਕੀਤਾ। ਤਾਂ ਆਖਿਰਕਾਰ ਇਹਨਾਂ ਲੁਟੇਰਿਆਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ। ਇਹ ਦੋਵੇਂ ਅਮਲੋਹ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਤਾਂ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਬੜੀ ਦਲੇਰੀ ਦੇ ਨਾਲ ਇਹਨਾਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ। ਸਿਖਰ ਦੁਪਹਿਰੇ ਇਹ ਲੁੱਟ ਦੀ ਵਾਰਦਾਤ ਹੋਈ। ਬੈਂਕ ਦੇ ਵਿੱਚੋਂ ਪੈਸੇ ਕਢਾ ਕੇ ਇਹ ਮਹਿਲਾ ਆਪਣੇ ਘਰ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਦੋ ਲੁਟੇਰੇ ਮੌਕੇ ਦੀ ਤਲਾਸ਼ ਦੇ ਵਿੱਚ ਬੈਠੇ ਸੀ। ਜਿਉਂ ਹੀ ਉਹਨਾਂ ਨੂੰ ਮੌਕਾ ਮਿਲਿਆ ਤਾਂ ਬਾਈਕ 'ਤੇ ਚੜ੍ਹੇ ਚੜ੍ਹਾਇਆਂ ਨੇ ਮਹਿਲਾ ਦੇ ਹੱਥ ਵਿੱਚ ਫੜਿਆ ਲਿਫਾਫਾ, ਝਪਟਿਆ ਔਰ ਮੋਟਰਸਾਈਕਲ ਭਜਾ ਕੇ ਲੈ ਗਏ। ਤਾਂ ਮਹਿਲਾ ਦੇ ਵੱਲੋਂ ਚੀਕ ਚਿਹਾੜਾ ਪਾਇਆ ਗਿਆ, ਰੌਲਾ ਰੱਪਾ ਪਾਇਆ ਗਿਆ। ਇਹਨਾਂ ਨੂੰ ਪੁਲਿਸ ਦਾ ਮੁਲਾਜ਼ਮ ਥਾਣੇ 'ਚੋਂ ਨਿਕਲਿਆ, ਜਿਸ ਨੇ ਇਹਨਾਂ ਦਾ ਪਿੱਛਾ ਕੀਤਾ। ਤਾਂ ਆਖਿਰਕਾਰ ਇਹਨਾਂ ਦੋਵਾਂ ਲੁਟੇਰਿਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ। ਖੰਨਾ ਦੇ ਗੁਲਮੋਹਰ ਰੋਡ 'ਤੇ ਇਹ ਵਾਰਦਾਤ ਹੋਈ। ਦੋਵੇਂ ਲੁਟੇਰੇ ਅਮਲੋਹ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਲੁੱਟ ਦੀਆਂ ਇਹ ਤਸਵੀਰਾਂ ਥਾਣੇ ਤੋਂ ਕੁਝ ਕਦਮ ਦੂਰ ਦੀਆਂ ਨੇ, ਜਿੱਥੇ ਇੱਕ ਮਹਿਲਾ ਦੇ ਹੱਥ ਦੇ ਵਿੱਚ ਫੜਿਆ ਹੋਇਆ ਲਿਫਾਫਾ ਸਨੈਚਰਾਂ ਦੇ ਵੱਲੋਂ ਝਪਟਿਆ ਗਿਆ। ਇਸ ਲਿਫਾਫੇ ਦੇ ਵਿੱਚ 20,000 ਰੁਪਏ, ਆਧਾਰ ਕਾਰਡ, ਮੋਬਾਈਲ, ਏਟੀਐਮ ਕਾਰਡ ਸੀ। ਔਰ ਬੜੇ ਹੀ ਸ਼ਾਤਰ ਢੰਗ ਦੇ ਨਾਲ ਬਾਈਕ ਸਵਾਰ ਦੋ ਲੁਟੇਰੇ ਮਹਿਲਾ ਦਾ ਲਿਫਾਫਾ ਖੋਹ ਕੇ ਭੱਜ ਗਏ ਔਰ ਇਹਨਾਂ ਦੇ ਪਿੱਛੇ ਮਹਿਲਾ ਵੀ ਭੱਜੀ, ਚੀਕ ਚਿਹਾੜਾ ਪਿਆ। ਇੰਨੇ ਨੂੰ ਜਦੋਂ ਉਹ ਥਾਣੇ ਦੇ ਅੱਗੇ ਆਈ ਤਾਂ ਅੰਦਰੋਂ ਭੱਜ ਕੇ ਇੱਕ ਪੁਲਿਸ ਦਾ ਮੁਲਾਜ਼ਮ ਪਹੁੰਚਿਆ, ਜਿਸ ਨੂੰ ਮਹਿਲਾ ਨੇ ਦੱਸਿਆ ਕਿ ਦੋ ਲੁਟੇਰੇ ਉਸਦਾ ਲਿਫਾਫਾ ਖੋਹ ਕੇ ਭੱਜ ਗਏ। ਤਾਂ ਪੁਲਿਸ ਵਾਲਾ ਮੋਟਰਸਾਈਕਲ ਸਟਾਰਟ ਕਰਦਾ ਤੇ ਇਹਨਾਂ ਲੁਟੇਰਿਆਂ ਦਾ ਪਿੱਛਾ ਕਰਦਾ। ਤਾਂ ਦੱਸਦੀ ਹੈ ਕਿ ਖੰਨਾ ਦੇ ਗੁਲਮੋਹਰ ਰੋਡ 'ਤੇ ਇਹ ਵਾਰਦਾਤ ਹੋਈ। ਇੱਕ ਮਹਿਲਾ ਤੁਰੀ ਜਾ ਰਹੀ ਸੀ
ਦੋ ਲੁਟੇਰਿਆਂ ਦੇ ਵੱਲੋਂ ਮੌਕੇ ਦਾ ਫਾਇਦਾ ਚੁੱਕਿਆ ਗਿਆ ਔਰ ਇੱਕਦਮ ਮਹਿਲਾ ਦੇ ਹੱਥ ਵਿੱਚ ਫੜਿਆ ਲਿਫਾਫਾ ਝਪਟਿਆ ਗਿਆ ਔਰ ਮੌਕੇ ਤੋਂ ਫਰਾਰ ਹੋ ਗਏ। ਥੋੜ੍ਹੀ ਦੂਰ ਹੀ ਥਾਣਾ ਹੈ, ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ। ਜਿਉਂ ਹੀ ਮਹਿਲਾ ਭੱਜ ਕੇ ਥਾਣੇ ਦੇ ਮੂਹਰੇ ਪਹੁੰਚੀ, ਇੰਨੇ ਨੂੰ ਪੁਲਿਸ ਦਾ ਮੁਲਾਜ਼ਮ ਥਾਣੇ ਦੇ ਵਿੱਚੋਂ ਬਾਹਰ ਨਿਕਲਿਆ, ਜਿਸ ਨੇ ਆਪਣੇ ਬਾਈਕ 'ਤੇ ਇਹਨਾਂ ਲੁਟੇਰਿਆਂ ਦਾ ਪਿੱਛਾ ਕੀਤਾ। ਤਾਂ ਆਖਿਰਕਾਰ ਇਹਨਾਂ ਲੁਟੇਰਿਆਂ ਨੂੰ ਪੁਲਿਸ ਦੇ ਵੱਲੋਂ ਕਾਬੂ ਕੀਤਾ ਗਿਆ। ਇਹ ਦੋਵੇਂ ਅਮਲੋਹ ਦੇ ਰਹਿਣ ਵਾਲੇ ਨੇ, ਜਿਨ੍ਹਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਤਾਂ ਦੱਸਦੇ ਕਿ ਪੁਲਿਸ ਦੇ ਵੱਲੋਂ ਬੜੀ ਦਲੇਰੀ ਦੇ ਨਾਲ ਇਹਨਾਂ ਲੁਟੇਰਿਆਂ ਦਾ ਪਿੱਛਾ ਕੀਤਾ ਗਿਆ। ਸਿਖਰ ਦੁਪਹਿਰੇ ਇਹ ਲੁੱਟ ਦੀ ਵਾਰਦਾਤ ਹੋਈ, ਬੈਂਕ ਦੇ ਵਿੱਚੋਂ ਪੈਸੇ ਕਢਾ ਕੇ ਇਹ ਮਹਿਲਾ ਆਪਣੇ ਘਰ ਜਾ ਰਹੀ ਸੀ। ਤਾਂ ਰਸਤੇ ਦੇ ਵਿੱਚ ਦੋ ਲੁਟੇਰੇ ਮੌਕੇ ਦੀ ਤਲਾਸ਼ ਦੇ ਵਿੱਚ ਬੈਠੇ ਸੀ। ਜਿਉਂ ਹੀ ਉਹਨਾਂ ਨੂੰ ਮੌਕਾ ਮਿਲਿਆ ਤਾਂ ਬਾਈਕ 'ਤੇ ਚੜ੍ਹੇ ਚੜ੍ਹਾਇਆਂ ਨੇ ਮਹਿਲਾ ਦੇ ਹੱਥ ਵਿੱਚ ਫੜਿਆ ਲਿਫਾਫਾ ਝਪਟਿਆ ਔਰ ਮੋਟਰਸਾਈਕਲ ਭਜਾ ਕੇ ਲੈ ਗਏ। ਤਾਂ ਮਹਿਲਾ ਦੇ ਵੱਲੋਂ ਚੀਕ ਚਿਹਾੜਾ ਪਾਇਆ ਗਿਆ, ਰੌਲਾ ਰੱਪਾ ਪਾਇਆ ਗਿਆ। ਇਹਨਾਂ ਨੂੰ ਪੁਲਿਸ ਦਾ ਮੁਲਾਜ਼ਮ ਥਾਣੇ 'ਚੋਂ ਨਿਕਲਿਆ, ਜਿਸ ਨੇ ਇਹਨਾਂ ਦਾ ਪਿੱਛਾ ਕੀਤਾ। ਤਾਂ ਆਖਿਰਕਾਰ ਇਹਨਾਂ ਦੋਵਾਂ ਲੁਟੇਰਿਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ। ਖੰਨਾ ਦੇ ਗੁਲਮੋਹਰ ਰੋਡ 'ਤੇ ਇਹ ਵਾਰਦਾਤ ਹੋਈ। ਦੋਵੇਂ ਲੁਟੇਰੇ ਅਮਲੋਹ ਦੇ ਰਹਿਣ ਵਾਲੇ ਨੇ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।